ਮੇਰਾ ਨਾਮ ਜੀ ਨਵਜੋਤ ਸਿੰਘ। ਕਿਹੜੀ ਕਲਾਸ ਪੜ੍ਹਦੇ? ਮੈਂ ਜੀ 10th 'ਚ ਲੱਗਿਆ ਜੀ। ਸਕੂਲ ਦੇ ਵਿੱਚ ਹੈਰੀਟੇਜ ਦੇ ਵਿੱਚ ਇੱਕ ਸਾਨੂੰ ਸਕੂਲ ਸਾਈਕਲ ਦੇ ਰਿਮੋਟ ਵਾਲੀ ਬੈਟਰੀ ਬਣਾਇਆ। ਹਾਂਜੀ, ਕੀ ਚੀਜ਼ ਹੈ, ਕੀ ਗੱਲਬਾਤ? ਇਹ ਜੀ ਸ਼ੁਰੂ ਤੋਂ ਸ਼ੌਂਕ ਸੀ ਬਣਾਉਣ ਦਾ, ਚੀਜ਼ਾਂ ਬਣਾਉਣ ਦਾ। ਪਹਿਲਾਂ ਜੀ ਕਾਰਡਬੋਰਡ ਦਾ ਬਣਾਉਂਦੇ ਸੀ, ਕਾਰਡਬੋਰਡ ਦਾ ਫਿਰ ਟੁੱਟ ਜਾਂਦਾ ਹੁੰਦਾ ਸੀ, ਤਾਂ ਕਰਕੇ ਫਿਰ ਸੋਚਿਆ ਕੁਝ ਵੱਡਾ ਕਰੀਏ, ਕੁਝ ਵੱਖਰਾ ਕਰੀਏ। ਠੀਕ ਹੈ ਜੀ, ਫਿਰ ਆਹ ਬਣਾਇਆ ਜੀ ਆਪਾਂ, ਇਲੈਕਟ੍ਰਿਕ ਬਾਈਕ ਬਣਾਈ ਜੀ। ਹੁਣ ਇਹ 12 ਕਿਲੋਮੀਟਰ ਜੀ ਚੱਲ ਜਾਂਦੀ ਹੈ ਇੱਕ ਵਾਰ ਫੁੱਲ ਚਾਰਜ 'ਤੇ ਇੱਥੇ ਸਾਰਾ ਕੁਝ ਮੈਂ ਜਾਂਦਾ, ਚਾਹ ਪਾਣੀ ਦੇ ਕੇ ਆਉਂਦਾ ਘਰਦਿਆਂ ਨੂੰ ਜੀ। ਠੀਕ ਹੈ ਜੀ, ਹੋਰ ਪਿੰਡ ਪੁੰਡ ਤੁਰ ਜੀਦਾ ਜੀ 2-3 ਵਾਰੀ ਬਸ ਇਹਦੇ 'ਤੇ। ਤੈਨੂੰ ਤੁਹਾਡੇ ਪੇਰੈਂਟਸ ਨੇ ਨਹੀਂ ਕਿਹਾ ਵੀ ਪੁੱਠੇ ਕੰਮ 'ਚ ਕੀ ਕਰੀ ਜਾਂਦਾ? ਪੇਰੈਂਟਸ ਨੇ ਕਿਹਾ ਜੀ, ਪੇਰੈਂਟਸ ਕਹਿੰਦੇ ਕਿ ਰਹਿਣ ਦੇ, ਪਹਿਲਾਂ ਪੜ੍ਹ ਲੈ ਫਿਰ ਬਣਾਉਂਦਾ ਰਹੀ, ਪੜ੍ਹ ਕੇ ਫਿਰ ਵਿਹਲ ਲਈ, ਫਿਰ ਕੋਈ ਨੌਕਰੀ ਤੋਂ ਪਹਿਲਾਂ ਕੁਝ ਕਰ ਲਈ, 12ਵੀਂ ਤੋਂ ਬਾਅਦ ਕਰ ਲਈ। ਪਰ ਮੈਨੂੰ ਇਹੀ ਕੀ ਕੁਝ ਕਰੀਏ, ਐਂ ਛੋਟੀ ਉਮਰ 'ਚ ਚਾਅ ਹੁੰਦਾ ਜੀ ਜਵਾਕਾਂ ਨੂੰ ਕਿ ਕੁਝ ਨਾ ਕੁਝ ਬਣਾਈਏ, ਅਤੇ ਤਾਂ ਕਰਕੇ ਜੀ ਫਿਰ ਮੈਂ ਪਹਿਲਾਂ ਟਰੈਕਟਰ ਬਣਾਉਂਦਾ ਸੀ, ਕਰਪੈਨਾਂ ਬਣਾਉਂਦਾ ਸੀ ਕਾਰਡਬੋਰਡ ਦੀਆਂ, ਫਿਰ ਮੈਂ ਸੋਚਿਆ ਚਲੋ ਕੋਈ ਉੱਤੇ ਬਹਿ ਕੇ ਚੀਜ਼ ਚੱਲੇ ਉਹ ਚੀਜ਼ ਬਣਾਉਂਦੇ ਹਾਂ ਜੀ, ਤਾਂ ਬਣਾਈ ਜੀ। ਤੁਹਾਨੂੰ ਇਹ ਕਿਸ ਚੀਜ਼ ਦਾ ਕਿਵੇਂ ਸ਼ੌਂਕ ਜਾਂਦਾ? ਇਹ ਸ਼ੌਂਕ ਜੀ ਨਿੱਕੇ ਹੁੰਦੇ ਤੋਂ ਹੀ ਮੈਨੂੰ, ਛੋਟੇ ਹੁੰਦੇ ਤੋਂ। ਪਹਿਲਾਂ ਮੈਂ ਫਸਟ ਨਾ ਐਲੋਪਲੇਨ ਬਣਾਇਆ ਸੀ, ਹੈਲੀਕਾਪਟਰ, ਜਦੋਂ ਉਹਦਾ ਪੱਖਾ ਘੁੰਮਿਆ ਬੜਾ ਚਾਅ ਚੜ੍ਹਿਆ ਜੀ, ਐਵੇਂ ਬਸ ਕਿਵੇਂ ਕਿਵੇਂ ਹੁੰਦਾ ਉਵੇਂ ਦੇਖ ਦੇਖ ਕੇ ਯੂਟਿਊਬ ਤੋਂ ਕਾਰਡਬੋਰਡ ਦਾ ਬਣਾਉਂਦੇ ਗਏ। ਫਿਰ ਸੋਚਿਆ ਚਲੋ ਕੋਈ ਵੱਖਰਾ ਕਰੀਏ ਜਿਹਦੇ ਉੱਤੇ ਬਹਿ ਕੇ ਆਪਾਂ ਚਲਾ ਸਕੀਏ ਆਰਾਮ ਨਾਲ, ਅਤੇ ਤਾਂ ਕਰਕੇ ਜੀ ਅਸੀਂ ਫਿਰ ਆਹ ਬਣਾਈ ਜੀ। ਕਿਉਂਕਿ ਵੈਲਡਿੰਗ ਸੈੱਟ ਘਰ ਪਿਆ ਸੀ ਜੀ, ਉਹਦੇ ਨਾਲ ਫਿਰ ਆਪਾਂ ਵੈਲਡ ਕਰਕੇ ਪਲਾਸਟਿਕ ਦਾ ਪੈਪ ਪਿਆ ਸੀ ਉਹ ਚਾੜਤਾ, ਸਾਰੇ ਘਰ ਦੀਆਂ ਚੀਜ਼ਾਂ ਲਈਆਂ ਨੇ, ਬਸ ਇੱਕ ਮੋਟਰ ਹੈ ਜਿਹੜੀ ਉਹ ਔਨਲਾਈਨ ਮੰਗਵਾਈ ਸੀ ਐਮਾਜ਼ੋਨ ਤੋਂ। ਅਗਰ ਗੱਲ ਕਰੀਏ ਤਾਂ ਇਹਦੇ ਵਿੱਚ ਲਾਈਟ ਵੀ ਲੱਗੀ ਆ, ਹਾਰਨ ਵੀ ਲੱਗਿਆ। ਹਾਂਜੀ, ਉਹ ਵੱਜਦਾ ਸਾਨੂੰ ਹਾਰਨ ਨਾਲ ਲਾਈਟ ਚਲਾ ਕੇ ਦਿਖਾਓਗੇ? ਹਾਂਜੀ, ਚਲਾ ਕੇ ਵਿਖਾ ਦਿੰਦੇ ਹਾਂ। ਲਓ ਜੀ, ਲਓ ਜੀ, ਆਹ ਜਾਗੀਆਂ ਲਾਈਟਾਂ ਜੀ, ਅਤੇ ਆਹ ਹੋਰਨ ਵੱਜ ਗਿਆ। ਅਤੇ ਤੁਹਾਨੂੰ ਸ਼ੌਂਕ ਸਕੂਲ ਦੇ ਪੇਰੈਂਟਸ ਔਰ ਸਕੂਲ ਨੇ ਕਿੰਨਾ ਕੁ ਐਪਰੀਸ਼ੀਏਟ ਕਰੇ ਸੀ? ਸਕੂਲਦਿਆਂ ਨੇ ਜੀ ਬਹੁਤ ਐਪਰੀਸ਼ੀਏਟ ਕੀਤਾ, ਘਰਦਿਆਂ ਨੇ ਵੀ ਬਹੁਤ ਕੀਤਾ। ਜਦ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੀਜ਼ ਬੱਚੇ ਨੇ ਬਣਾ ਲਈ ਆ, ਹੁਣ ਚੱਲਣ ਵੀ ਲੱਗ ਗਈ ਹੈ, ਜਦੋਂ ਚੱਲਣ ਲੱਗ ਗਈ ਸੀ ਉਹਨਾਂ ਨੂੰ ਐਂ ਹੋ ਗਿਆ ਚਲੋ ਕੁਛ ਨਹੀਂ ਹੁੰਦਾ, ਉਹਨੇ ਕਰ ਲੈਣ ਦੋ ਜਵਾਕ ਨੂੰ, ਫਿਰ ਮੈਂ ਬਣਾਉਣ ਲੱਗ ਗਿਆ ਜੀ। ਸਕੂਲ ਵਾਲਿਆਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ, ਉਹਨਾਂ ਨੇ ਅਲੱਗ ਅਲੱਗ ਥਾਂ 'ਤੇ ਕੰਪੀਟੀਸ਼ਨਾਂ 'ਤੇ ਲੈ ਕੇ ਗਏ। ਭਾਈ ਗੁਰਦਾਸ ਕਾਲਜ ਵੀ ਗਏ ਸੀ ਅਸੀਂ ਕੰਪੀਟੀਸ਼ਨ 'ਤੇ, ਉੱਥੇ ਵੀ ਜਿੱਤ ਕੇ ਆਏ ਸੀ, ਫਸਟ ਪ੍ਰਾਈਜ਼ ਮਿਲਿਆ ਸੀ ਸਾਨੂੰ ਜੀ। ਕੀ ਇਨਾਮ 'ਚ ਕੀ ਮਿਲਿਆ? ਕਿਵੇਂ ਜੀ? ਇਨਾਮ 'ਚ ਕੀ ਮਿਲਿਆ ਤੁਹਾਨੂੰ? ਨਾਮ 'ਚ ਜੀ ਟਰੋਫੀ ਮਿਲੀ ਸੀ 5,500 ਰੁਪਇਆ। ਕਿੰਨਾ ਕੁ ਖੁਸ਼ ਹੋਇਆ? ਮਨ ਬਹੁਤ ਖੁਸ਼ ਹੋਇਆ ਜਦੋਂ ਜਿੱਤਦੇ ਹਾਂ, ਬਹੁਤ ਮਨ ਨੂੰ ਖੁਸ਼ੀ ਮਿਲਦੀ, ਹਾਂ ਵੀ ਮੇਰੀ ਬਣਾਈ ਚੀਜ਼ ਜਿੱਤੇ ਹਾਂ ਮੈਂ। ਜੇਕਰ ਗੱਲ ਕਰੀਏ ਸਕੂਲ ਵੱਲੋਂ ਵੀ, ਇਹ ਅੱਜ ਤੁਹਾਨੂੰ ਦੇਖਿਆ ਵੀ ਅਸੀਂ ਸਕੂਲ 'ਚ ਤੁਸੀਂ ਦਿਖਾ ਰਹੇ ਸੀ, ਸਾਰੇ ਬੱਚਿਆਂ ਨੂੰ ਦਿਖਾਇਆ ਗਿਆ ਕਿ ਇੱਕ ਬੱਚਾ ਆਈਡਲ ਬਣ ਰਿਹਾ। ਹਾਂਜੀ, ਨਵੀਂ ਚੀਜ਼ ਦਿਖਾ ਰਿਹਾ, ਤੁਸੀਂ ਕਿਵੇਂ ਦੇਖਦੇ? ਅਸੀਂ ਬਹੁਤ ਵਾਰ ਖੁਸ਼ੀ ਹੁੰਦੀ ਹੈ ਦਿਲ ਨੂੰ ਜਦੋਂ ਜਵਾਕ ਵੀ ਐਪਰੀਸ਼ੀਏਟ ਕਰਦੇ ਨੇ, ਬੱਚੇ ਕਹਿੰਦੇ ਨੇ ਹਾਂ ਬਹੁਤ ਵਧੀਆ, ਤੂੰ ਬਹੁਤ ਵਧੀਆ ਚੀਜ਼ਾਂ ਬਣਾਉਂਦਾ, ਕਿ ਬੜੀ ਚੀਜ਼ ਘੈਂਟ ਹੈ ਇਹ, ਹੁਣ ਬਹਿ ਕੇ ਆਪਾਂ ਮੈਨੂੰ ਵੀ ਗੇੜੀ ਦਵਾ ਐਂ ਕਰ। ਠੀਕ ਹੈ, ਬਹੁਤ ਖੁਸ਼ੀ ਹੁੰਦੀ ਜਦੋਂ ਜਵਾਕ ਕਹਿੰਦੇ ਨੇ। ਤੁਸੀਂ ਘਰ ਆਈਦੇ ਸਾਈਕਲ 'ਤੇ ਆਉਣਾ ਜਾਣਾ ਰੋਜ਼? ਘਰ ਜੀ ਸਾਈਕਲ 'ਤੇ, ਘਰ 'ਤੇ ਅਸੀਂ ਜਾਂਦੇ ਬੱਸ 'ਤੇ ਜੀ। ਹੁਣ ਘਰੋਂ ਜਿਵੇਂ ਲੋੜ ਪੈਂਦੀ ਹੈ, ਮਤਲਬ ਸਾਡਾ ਖੇਤਾਂ 'ਚ ਘਰ ਹੈ, 1 ਕਿਲੋਮੀਟਰ ਪੈ ਜਾਂਦਾ ਜੀ ਸਾਨੂੰ ਪਿੰਡ, ਕੋਈ ਸਮਾਨ ਲੈਣ ਜਾਣਾ ਹੋਏ ਜਾਂ ਹੁਣ ਸਵੇਰੇ ਜਾਣਾ ਹੋਏ ਤਾਂ ਮੈਂ ਇੱਥੇ ਜਾਂਦਾ ਜ਼ਰੂਰ ਆ। ਨਾਲੇ ਵੇਖਣ ਵਾਲੇ ਉਹ ਹੁੰਦੇ ਨੇ, ਕਹਿੰਦੇ ਨੇ ਬਹੁਤ ਘੈਂਟ ਚੀਜ਼ ਜਿਹੜੇ ਵੇਚਦੇ ਉੱਪਰ। ਕਿੰਨਾ ਕੁ ਆਇਆ? ਇੱਥੇ 7,000 ਆ ਗਿਆ ਜੀ। ਜੇ ਅਗਰ ਹੋਰ ਕਿਸੇ ਨੇ ਡਿਮਾਂਡ ਕਰੀ ਤਾਂ ਫਿਰ ਹੋਰ ਕਿਸੇ ਨੂੰ ਬਣਾ ਕੇ ਦਊਂਗਾ? ਹਾਂਜੀ, ਬਣਾ ਦਾਂਗੇ ਜੀ। ਬਣਾ ਕੇ ਦਊਂਗੇ? ਹਾਂਜੀ, ਬਣਾ ਦਾਂਗੇ ਜੀ। ਅਤੇ ਇਹਦੇ ਨਾਲ ਸਾਈਕਲ ਨਾਲ ਮਤਲਬ ਪੋਲਿਊਸ਼ਨ ਵੀ ਨਹੀਂ ਹੁੰਦਾ ਹੋਣਾ? ਨਾ ਜੀ, ਪੋਲਿਊਸ਼ਨ ਨਹੀਂ। ਬੈਟਰੀ ਨਾਲ ਕਿੰਨੇ ਦੂਰ ਤੱਕ ਚੱਲ ਜਾਂਦਾ? ਬਸ ਇੱਕ ਫੁੱਲ ਚਾਰਜ 'ਤੇ 12 ਕਿਲੋਮੀਟਰ ਚੱਲ ਜਾਂਦਾ ਜੀ ਇੱਕ ਵਾਰ ਚਾਰਜ? ਹਾਂ, ਫੁੱਲ ਚਾਰਜ। ਬੈਟਰੀਆਂ ਕਿੰਨੇ ਕੁ ਇਹਦੇ ਵਿੱਚ ਨਹੀਂ? ਬੈਟਰੀਆਂ 2 ਬੈਟਰੀਆਂ ਲਾਈਆਂ ਨੇ ਜੀ, ਸਪਰੇ ਵਾਲੇ ਪੰਪ ਦੀਆਂ ਬੈਟਰੀਆਂ ਲਾਈਆਂ ਨੇ 12-12 ਵੋਲਟ ਦੀਆਂ, ਅਤੇ ਉਹਨਾਂ ਨੂੰ 24 ਵੋਲਟ ਬਣਾਇਆ ਜੀ। ਅਤੇ ਚਾਰਜ ਫਿਰ ਘਰ ਲਾਈਟ 'ਤੇ ਕਰਨੀ ਪੈਂਦੀ? ਹਾਂ, ਚਾਰਜਰ ਚਾਰਜਰ ਮਿਲਦਾ ਅਲੱਗ ਤੋਂ ਜੀ। ਅੱਛਾ ਜੀ, ਉਹ ਚਾਰਜ ਕਰਨਾ? ਹਾਂਜੀ।
ਅਤੇ ਹੁਣ ਅੱਜ ਸਕੂਲ ਹੈਰੀਟੇਜ ਸਰ ਕੀ ਕਹੋਗੇ ਆਪਣੇ ਪੇਰੈਂਟਸ? ਬਹੁਤ ਖੁਸ਼ੀ ਮਿਲਦੀ ਹੈ, ਪੇਰੈਂਟਸ ਸਾਡੇ ਫਾਰਮਿੰਗ ਕਰਦੇ ਆ ਜੀ, ਠੀਕ ਹੈ। ਪਹਿਲਾਂ ਤਾਂ ਪੇਰੈਂਟਸ ਨਹੀਂ ਸੀ ਕਹਿੰਦੇ, ਨਾ ਰਹਿਣ ਦੇ ਤੂੰ ਛੱਡ 12 ਕਰ ਲੈ ਪਹਿਲਾਂ, ਫਿਰ ਤੂੰ ਬਣਾਉਂਦਾ ਰਹੀ ਜੋ ਬਣਾਉਣਾ। ਪਰ ਜਦੋਂ ਇਹ ਮੈਂ ਬਾਈਕ ਬਣਾਉਣੀ ਸ਼ੁਰੂ ਹੋ ਕੀਤੀ, ਪਹਿਲਾਂ ਨਹੀਂ ਵਧੀਆ ਵਰਕ ਨਹੀਂ ਕੀਤੀ ਸੀ, ਕਦੀ ਅੱਗੋਂ ਸਟੇਅਰਿੰਗ ਟੁੱਟ ਜਾਂਦਾ ਸੀ, ਕਦੀ ਕੀ ਹੋ ਜਾਂਦਾ ਸੀ। ਅਤੇ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਇਹਨੂੰ ਲੱਗਾ ਰਿਹਾ, 5-6 ਦਿਨ 2 ਹਫ਼ਤਿਆਂ ਦੀ ਮਿਹਨਤ ਨਾਲ ਫਿਰ ਮੈਂ ਇਹ ਬਣਾਈ। ਜਦੋਂ ਬਣ ਗਈ ਆਪਣੀ ਬਹਿ ਕੇ ਚਲਾਈ, ਫਿਰ ਜਦੋਂ ਪਹਿਲੀ ਵਾਰ ਚੱਲੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਬਈ ਹੁਣ ਤੇਰੀ ਚੀਜ਼ ਚੱਲ ਪਈਏ, ਅੱਗੋਂ ਹੋਰ ਵੀ ਕੁਝ ਕਰਾਂਗੇ। ਅੱਗੋਂ ਮੈਂ ਸੋਚ ਰਿਹਾ ਕਿ ਮੈਂ ਸਿੱਧੂ ਮੂਸੇਵਾਲੇ ਦਾ ਟਰੈਕਟਰ ਬਣਾਵਾਂ, ਮਿੰਨੀ ਟਰੈਕਟਰ ਬਣਾਵਾਂ, 6-11 HMT। ਹਾਂਜੀ ਉਹਦੇ ਹੈਰੀਟੇਜ ਪਬਲਿਕ ਸਕੂਲ ਦਾ ਇੱਕ ਹੋਣਹਾਰ ਵਿਦਿਆਰਥੀ ਨਵਜੋਤ ਸਿੰਘ 10ਵੀਂ ਕਲਾਸ ਦਾ ਛਾਤਰ ਹੈ। ਇਹਨੇ ਇੱਕ ਇਲੈਕਟ੍ਰਿਕ ਬਾਈਕ ਬਣਾਈ ਜਿਹੜੀ ਈਕੋ ਫਰੈਂਡਲੀ ਬਾਈਕ ਹੈ। ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਵਿੱਚ ਸਾਇੰਸ ਪ੍ਰੋਜੈਕਟ ਕੰਪੀਟੀਸ਼ਨ ਵਿੱਚ ਇਹ ਬੱਚਾ ਫਸਟ ਪ੍ਰਾਈਜ਼ ਲੈ ਕੇ ਆਇਆ ਹੈ। ਜਦ ਇਹ ਬੱਚਾ ਫਸਟ ਟਾਈਮ ਸਕੂਲ 'ਚ ਬਾਈਕ ਲੈ ਕੇ ਆਇਆ, ਵੀ ਵਰ ਵੈਰੀ ਇੰਪਰੈਸਡ ਬਾਈ ਹਿਸ ਇੰਡੀਵਿਜੁਅਲ ਕੋਨਸੈਪਟ। ਔਰ ਕੋਨਸੈਪਟ ਇਸ ਬੇਸ 'ਤੇ ਹੈ ਕਿ ਇਹ ਬਾਈਕ ਕੋਈ ਵੀ ਪੈਟਰੋਲ ਜਾਂ ਡੀਜ਼ਲ ਯੂਜ਼ ਨਹੀਂ ਕਰਦੀ, ਇਹ ਈਕੋ ਫਰੈਂਡਲੀ ਹੈ, ਕੋਈ ਪੋਲਿਊਸ਼ਨ ਨਹੀਂ ਹੈ। ਮੈਕਸਿਮ ਸਪੀਡ 22 ਕਿਲੋਮੀਟਰ ਪਰ ਆਵਰ ਹੈ ਅਤੇ ਇਸ 'ਚ ਕਈ ਤਰ੍ਹਾਂ ਦੀ ਟੈਕਨੋਲੋਜੀ ਅਸਿਮੂਲੇਟ ਕੀਤੀ ਹੋਈ ਹੈ। ਜਦ ਬੱਚੇ ਨੇ ਇਹ ਸਾਨੂੰ ਬਾਈਕ ਲਾ ਕੇ ਦਿਖਾਈ, ਦੀ ਕਿਡਸ ਆਫ ਦਾ ਸਕੂਲ ਵਰ ਵੈਰੀ ਐਕਸਾਈਟਡ। ਅਸੀਂ ਸਕੂਲ ਫਾਇਰ ਏਰੀਆ 'ਚ ਬੱਚੇ ਨੂੰ ਬਾਈਕ ਚਲਾਉਣ ਵਾਸਤੇ ਅਨੁਮਤੀ ਦਿੱਤੀ ਅਤੇ ਬਹੁਤ ਹੀ ਐਕਸਾਈਟਮੈਂਟ ਨਾਲ ਸਾਰੇ ਬੱਚਿਆਂ ਨੇ ਇਹਦਾ ਅਵਲੋਕਨ ਕੀਤਾ। ਉਸ ਤੋਂ ਬਾਅਦ ਜਦ ਕੰਪੀਟੀਸ਼ਨ ਵਿੱਚ ਜਾਣਾ ਸੀਗਾ, ਵੀ ਐਨੇਬਲਡ ਸਟੂਡੈਂਟ ਟੂ ਹੈਲਪ ਹਿਮ ਅੰਡਰਸਟੈਂਡ ਆਲ ਦ ਫੀਚਰਸ ਵਿੱਚ ਹੀ ਨੀਡ ਟੂ ਫਰਦਰ ਐਕਸਪਲੇਨ ਟੂ ਦਾ ਜੱਜਿਸ। ਅਤੇ ਉਹਨੇ ਬਹੁਤ ਅੱਛੇ ਤਰੀਕੇ ਨਾਲ ਉਹ ਪਾਰਟ ਨਿਭਾਇਆ, ਸਾਰੇ ਬਹੁਤ ਜ਼ਿਆਦਾ ਇੰਪਰੈਸ ਸੀਗੇ ਅਤੇ ਨੋ ਡਾਊਟ ਨੋ ਵੰਡਰਸ ਉਹ ਬੱਚਾ ਫਸਟ ਪ੍ਰਾਈਜ਼ ਲੈ ਕੇ ਆਇਆ। ਇਹ ਟਰੋਫੀ ਸਕੂਲ ਵਾਸਤੇ ਇਹ ਬੱਚਾ ਜਿੱਤ ਕੇ ਲੈ ਕੇ ਆਇਆ ਅਤੇ ਇਹ ਪ੍ਰਾਈਜ਼ 5100 ਰੁਪੀਜ਼ ਕੰਪੀਟੀਸ਼ਨ ਪ੍ਰਾਈਜ਼ ਹੀ ਵਨ ਫੋਰ ਦਾ ਸਕੂਲ। ਸੋ ਵੀ ਆਰ ਵੈਰੀ ਇੰਪਰੈਸਡ ਐਂਡ ਹੀ ਇਜ਼ ਅ ਗ੍ਰੇਟ ਮੋਟੀਵੇਟਿੰਗ ਫੈਕਟਰ ਫੋਰ ਰਿਮੇਨਿੰਗ ਸਟੂਡੈਂਟਸ। There are many students who are working on different projects in school, and in due course of time you will have those students also introduced to you. Thank you.